ਅਯੂਬ ਨੇ ਜਿਹੜੀ ਤਾਰੀਖੀ ਅਹਿਮੀਅਤ ਨੇ ਬਾਰੇ ਅਗਰ ਮੈਂ ਤੁਹਾਡੇ ਕੋਲ ਥੋੜ੍ਹਾ ਜਿਹਾ ਦੱਸ ਦੇਵਾਂ ਤਾਂ ਇਹ ਗ੍ਰਾਂ ਜਿਹੜਾ ਤਾਂ ਮਲਿਕ ਮੁਹੰਮਦ ਅਯੂਬ ਨੇ ਨਾਂ 'ਤੇ ਰੱਖਿਆ ਗਿਆ ਜਿਸ ਵੇਲੇ ਬਰਤਾਨਵੀ ਦੌਰੇ ਹਕੂਮਤ ਦੇ ਵਿੱਚ ਨਮਲ ਸ਼ਹਿਰ ਆਬਾਦ ਆ ਜਿੱਥੇ ਉਹਨਾਂ ਇੱਕ ਡੈਮ ਬਣਾਇਆ ਅਤੇ ਉਸ ਤੋਂ ਉਸ ਜਿਹੜੀ ਆਬਾਦੀ ਆਈ ਉਹਨਾਂ ਨੇ ਇਰਦ ਗਿਰਦ ਜਿੱਥੇ ਜਿੱਥੇ ਲੋਕਾਂ ਦੀ ਜਗ੍ਹਾ ਆਈ ਉਹ ਉੱਥੇ ਮੁੰਤਕਿਲ ਹੋ ਗਏ ਮਲਿਕ ਮੁਹੰਮਦ ਅਯੂਬ ਨੇ ਇੱਥੇ ਜਗ੍ਹਾ ਆਈ ਉਹ ਇੱਥੇ ਆ ਕੇ ਆਬਾਦ ਹੋ ਗਏ ਉਹਨਾਂ ਇੱਥੇ ਬਸਤੀ ਬਣਾਈ ਹੋਈ ਅਤੇ ਆਸ ਪਾਸ ਦੇ ਜਿਹੜੇ ਮੁਖਤਲਿਫ ਇਲਾਕੇ ਉੱਥੋਂ ਹੀ ਲੋਕ ਉਹਨਾਂ ਆ ਕੇ ਇੱਥੇ ਆਬਾਦ ਕੀਤਾ ਇਸ ਡੋਗ ਅਯੂਬ ਕੋਲ ਅੱਜ ਇੱਕ ਸਦੀ ਤੋਂ ਜ਼ਿਆਦਾ ਨਾ ਅਰਸਾ ਗੁਜ਼ਰ ਗਿਆ ਡੋਗ ਅਯੂਬ 'ਤੇ ਇੱਕ ਬੁਨਿਆਦੀ ਮਹਿਲ ਸੈਂਟਰ ਵੀ ਹੈ ਡੋਗ ਅਯੂਬ 'ਤੇ ਇੱਕ ਲੜਕੀਆਂ ਨਾਲ ਪ੍ਰਾਇਮਰੀ ਸਕੂਲ ਹੈ ਅਤੇ ਇੱਕ ਲੜਕਾ ਵਾਸਤੇ ਮਿਡਲ ਸਕੂਲ ਹੈ ਬਿਜਲੀ ਦਾ ਨਿਜ਼ਾਮ ਵੀ ਇਸ 'ਤੇ ਹੈ ਲੇਕਿਨ ਇੱਥੇ ਸਿਹਤ ਦੇ ਜਿਹੜੇ ਮਸਾਇਲ ਹਨ ਬਹੁਤ ਜ਼ਿਆਦਾ ਹੈ ਡੋਗ ਅਯੂਬ ਦੀ ਆਬਾਦੀ ਤਕਰੀਬਨ 8 ਤੋਂ 10 ਹਜ਼ਾਰ 'ਤੇ ਮੁਸ਼ਤਮਿਲ ਹੈ ਅਤੇ ਇੱਥੋਂ ਦੇ ਲੋਕਾਂ ਨੇ ਜਿਹੜੇ ਬੁਨਿਆਦੀ ਮਸਾਇਲ ਹੈ ਉਹਨਾਂ ਮਸਾਇਲ ਸਾਰਾ ਤੋਂ ਪਹਿਲੇ ਸਿਹਤ ਆਣੀ ਕਿਉਂਕਿ ਇਤਨੀ ਵੱਡੀ ਆਬਾਦੀ ਦੇ ਵਿੱਚ ਜਿਹੜੇ ਲੋਕ ਹਨ ਉਹਨ ਵਿਚਾਰੇ ਸਿਹਤ ਨੇ ਜਿਸ ਵੇਲੇ ਸੀਰੀਅਸ ਮਰੀਜ਼ ਬਣਨੇ ਤਾਂ ਉਹਨਾਂ ਕੋਲ 70 ਕਿਲੋਮੀਟਰ ਨਾਲ ਫਾਸਲਾ ਤੈਅ ਕਰਕੇ ਮਿਆਂਵਾਲੀ ਆਉਣਾ ਪਾਉਣਾ ਅਤੇ ਵਿਚਾਰੇ ਗਰੀਬ ਲੋਕ ਹਨ ਇੱਥੋਂ ਨੇ ਅਤੇ ਅਫੋਰਡ ਨਹੀਂ ਕਰ ਸਕਦੇ ਅਤੇ ਇੱਥੇ ਹੈਲਥ ਨੇ ਜਿਹੜੇ ਮਸਾਇਲ ਹਨ ਉਹ ਬਹੁਤ ਜ਼ਿਆਦਾ ਹੈ ਉਸ ਤੋਂ ਬਾਅਦ ਇੱਥੇ ਹੋਰ ਵੀ ਕਾਫੀ ਮਸਾਇਲ ਹਨ ਜਿਨ੍ਹਾਂ 'ਚ ਪਾਣੀ ਦੇ ਮਸਾਇਲ ਹਨ ਅਗਰ ਚ ਡੋਗ ਅਯੂਬ ਨਹੀਂ ਆਬਾਦੀ ਤਾਂ ਪਾਣੀ ਵਾਟਰ ਸਪਲਾਈ ਨਾ ਆਉਣਾ ਲੇਕਿਨ ਇਸ ਨਾਲ ਜਿਹੜੇ ਹੋਰ ਮਜ਼ਾਫਾਤ ਨੇ ਇਲਾਕੇ ਲੱਗਣੇ ਉਹਨਾਂ 'ਚ ਪਾਣੀ ਦਾ ਇਸ਼ੂ ਹੈ ਉਸ ਤੋਂ ਬਾਅਦ ਡੋਗ ਅਯੂਬ 'ਤੇ ਇੱਕ ਹੋਰ ਇਸ਼ੂ ਵੀ ਸੀਵਰੇਜ ਦਾ ਨਿਜ਼ਾਮ ਜਿਹੜਾ ਤਾਂ ਉਹ ਇੱਥੇ ਬਿਲਕੁਲ ਕੋਈ ਨਹੀਂ ਅਤੇ ਕਿਉਂਕਿ ਹੁਣ ਆਬਾਦੀ ਇਤਨੀ ਜ਼ਿਆਦਾ ਹੋ ਗਈ ਇਸ ਕਾਰਨ ਇਹ ਵੀ ਵਕਤ ਦੀ ਜ਼ਰੂਰਤ ਹੈ ਕਿ ਸੀਵਰੇਜ ਦਾ ਜਿਹੜਾ ਨਿਜ਼ਾਮ ਹੈ ਉਹ ਵੀ ਇੱਥੇ ਹੋਣਾ ਚਾਹੀਦਾ ਤਕਰੀਬਨ 10 ਹਜ਼ਾਰ ਵੈਲਡਨ ਬਹੁਤ ਗੁੱਡ ਕੁਐਸਚਨ ਯਕੀਨ ਕਰੋ ਇੱਕ ਐਸਾ ਕੁਐਸਚਨ ਹੈ ਕਿ ਇਸਦੇ ਵਿੱਚ ਮੈਂ ਨਾ ਮੇਰਾ ਖੁਦ ਇੱਕ ਰਾਇਲ ਫੈਮਲੀ ਨਾਲ ਤਲੋਕ ਹੈ ਔਰ ਜਿੰਨੇ ਵੀ ਅਸੀਂ ਅਜ਼ੀਜ਼ ਓ ਕਾਰਬ ਜਾਂ ਹੋਰ ਜਿਹੜੇ ਹਨ ਇਸਦੇ ਵਿੱਚ ਸਮਝੋ ਸਿਆਸੀ ਰਹਿਨਮਾ ਸਾਰਾ ਕੁਝ ਇਸ ਇੱਕ ਪਲੇਟਫਾਰਮ 'ਤੇ ਇਕੱਠਾ ਹੋਣਾ ਚਾਹੀਦਾ ਬਲਕਿ ਇਸ ਕੇਸ